ਮੇਰਾ ਮੰਤਰੀਆਂ ਤੇ ਵਿਸ਼ਵਾਸ ਨਹੀਂ, ਮੇਰਾ ਐਸਟ੍ਰੋਲੋਜੀ ਤੇ ਵਿਸ਼ਵਾਸ ਨਹੀਂ। ਮੈਂ ਇਹ ਵਿਸ਼ਵਾਸ ਨਹੀਂ ਕਰਦਾ ਕਿ ਮੇਰੇ ਅੰਦਰ ਪੱਥਰ ਪਾ ਕੇ ਤੇ ਮੈਨੂੰ ਗੁਰੂ ਸਾਹਿਬ ਦੀ ਸੇਵਾ ਬਖਸ਼ ਸਕਦਾ ਹੈ। ਮੇਰਾ ਵਿਸ਼ਵਾਸ ਮਾਲਕ ਦੇ ਰੂਹਾਂ ਚਰਨਾਂ 'ਚ, ਮੇਰਾ ਵਿਸ਼ਵਾਸ ਗੁਰੂ ਸਾਹਿਬ 'ਚ ਔਰ ਮੇਰਾ ਦ੍ਰਿੜ ਨਿਸ਼ਚਾ ਹੈ। ਪੱਥਰਾਂ ਵੀ ਮੇਰੇ ਦੱਬਣਗੇ ਨਹੀਂ, ਪੱਥਰ ਡੁੱਬਣਗੇ, ਪੱਥਰ ਕਦੇ ਤਰੇ ਨਹੀਂ। ਤਰਿਆ ਕੇਵਲ ਉਹੀ ਆ ਜਿਸਨੇ ਗੁਰੂ ਚਰਨਾਂ ਦਾ ਨਾਮ ਜਪਿਆ, ਗੁਰੂ ਚਰਨਾਂ ਦੇ ਨਾਲ ਜੁੜਿਆ। ਮੇਰਾ ਵਿਸ਼ਵਾਸ ਮਾਲਕ ਦੇ ਚਰਨਾਂ 'ਚ। ਮੈਨੂੰ ਕੋਈ ਉਮੀਦ ਆ ਇਹ ਸੰਗਤ ਜ਼ਰੂਰ ਸਾਡੇ 'ਤੇ ਕਿਰਪਾ ਕਰੂਗੀ ਔਰ ਸਾਨੂੰ ਮਹਾਨ ਸੇਵਾ ਫਿਰ ਤੋਂ ਦਊਗੀ। ਆਪ ਸਾਰਿਆਂ ਦਾ ਦਿਲਦਿਆਂ ਗਾਈਆਂ 'ਚ ਧੰਨਵਾਦ ਕਰਦਾ, ਜੋ ਆਪਣੇ ਮਾਣ ਸਤਿਕਾਰ ਪਿਆਰ ਬਖਸ਼ਿਆ ਹੈ। ਇਹਦੇ ਵਾਸਤੇ ਮੈਂ ਆਪ ਦਾ ਧੰਨਵਾਦ ਕਰਦਾ ਔਰ ਨਾਲ ਹੀ ਗੁਰੂ ਸਾਹਿਬ ਦਾ ਇੱਕ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ। ਨੌਵੇਂ ਪਾਤਸ਼ਾਹ ਦੇ ਦਰ 'ਤੇ ਜਿਹੜਾ ਪਿਆਉ ਤੋੜ ਦਿੱਤਾ ਗਿਆ ਸੀ ਸਰਕਾਰ ਵੱਲੋਂ, ਖਾਲਸਾ ਜੀ ਬਹੁਤ ਸਾਡੇ 'ਤੇ ਬਖਸ਼ਿਸ਼ ਹੋਈ। ਬੀਬੀ ਜੀ ਇਹ ਬਹੁਤ ਵੱਡਾ ਗ੍ਰੰਥ ਸਾਡੇ 'ਤੇ ਰਹਿਣਾ ਸੀ। ਜੇਕਰ ਸਾਡੇ 4 ਸਾਲਾਂ ਦੇ ਇਸ ਕਾਰਜਕਾਲ ਦੇ ਦੌਰਾਨ ਇਹ ਪਿਆਉ ਨਾ ਬਣਦਾ ਤਾਂ ਸਾਡੇ ਵਾਸਤੇ ਬੜਾ ਗ੍ਰੰਥ ਸੀਗਾ। ਮੈਂ ਅੱਜ ਇਹ ਮਹਿਸੂਸ ਕਰਦਾ ਹੈ ਜਿਹੜੇ ਗੁਰੂ ਸਾਹਿਬ ਨੇ ਸਾਡੇ ਤੋਂ 4 ਸਾਲ ਸੇਵਾ ਲਈ ਅਤੇ ਗੁਰੂ ਸਾਹਿਬ ਨੇ ਸਾਡੀ ਪੱਤ ਰੱਖੀ ਹੈ, ਇਹ ਪੜ੍ਹਦੇ ਕੱਚੇ ਆ। ਗੁਰੂ ਸਾਹਿਬ ਨੇ ਸਾਡੇ ਚਰਨਾਂ 'ਚ ਸਾਡੀ ਸੇਵਾ ਪ੍ਰਵਾਨ ਹੋਈ ਆ, ਇਸ ਦੀ ਮਿਸਾਲ ਇਸ ਤੋਂ ਵੱਡੀ ਕੀ ਹੋ ਸਕਦੀ ਆ। 100-100 ਸਾਲਾਂ 'ਚ ਲੋਕਾਂ ਨੇ ਕੋਟਾਂ 'ਚ ਪੈਸੇ ਨਹੀਂ ਕਰੇ। 100-100 ਸਾਲਾਂ 'ਚ ਤੁਸੀਂ ਦੇਖ ਲਓ, ਬਾਬਰੀ ਮਸਜਿਦ ਦੇ ਕੇਸ ਚੱਲਣ 100 ਸਾਲ ਹੋ ਗਏ ਆ। ਤੁਹਾਡੇ ਵੀ ਕਦੇ ਹੋ ਸਕਦਾ ਕਿਸੇ ਕੋਰਟ 'ਚ ਨਹੀਂ ਕੇਸ ਚੱਲਦਾ ਹੋਵੇ, ਲੋੜਨਾ ਪਵੇ, ਪਰ ਚੱਲਦਾ ਹੋਵੇ ਸਾਨੂੰ ਸਭ ਫੈਸਲੇ ਨਹੀਂ ਹੁੰਦੇ। ਪਰ ਗੁਰੂ ਸਾਹਿਬ ਨੇ ਸਾਡੇ 'ਤੇ ਕਿੰਨੀ ਕਿਰਪਾ ਕੀਤੀ, ਜਿਹੜਾ ਜੱਜ ਸਾਨੂੰ ਜੇਲ੍ਹ ਭੇਜਦਾ ਪਿਆ ਸੀ ਇੱਕ ਦਿਨ ਕਿ ਪਿਓ ਤੁਸੀਂ ਕਿਉਂ ਦੁਬਾਰਾ ਬਣਾਇਆ, ਮੈਂ ਤੁਹਾਨੂੰ ਜੇਲ੍ਹ ਭੇਜੂਗਾ ਮੈਨੂੰ ਅਰਜੀ ਕੇ ਨੂੰ। ਉਹੀ ਜੱਜ ਨੇ ਆਪਣੀ ਕਲਮ ਨਾਲ ਫੈਸਲਾ ਕੀਤਾ ਅੱਜ ਤੋਂ 25 ਦਿਨ ਪਹਿਲਾਂ। ਔਰ ਜੇ ਤੁਸੀਂ ਰਾਤ ਦੇਖਿਆ ਹੋਵੇ, ਮੈਂ ਸਭ ਦੇਖਿਆ ਸੀ ਜੀ, ਦੇਖਿਆ ਗੁਰੂ ਸਾਹਿਬ ਦਾ ਮਹਾਨ ਪਿਓ ਉਹ ਸਥਾਨ ਜਿੱਥੇ ਨੌਵੇਂ ਪਾਤਸ਼ਾਹ ਨੇ ਇਸ਼ਨਾਨ ਕਰਕੇ ਸ਼ਹਾਦਤ ਦਿੱਤੀ ਸੀ, ਉਸ ਸਥਾਨ ਦੀ ਵਾਪਸ ਤੋਂ ਸਿਰਜਣਾ ਕੀਤੀ। ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ। ਮੈਂ ਇਹ ਵੀ ਵਿਸ਼ਵਾਸ ਆ, ਇਹ ਦੇਖੋ ਇਹ ਗੁਰੂ ਚਰਨਾਂ ਦਾ ਵਿਸ਼ਵਾਸ ਹੁੰਦਾ ਹੈ, ਅੱਜ ਸਮੇਂ ਮਹਿਸੂਸ ਹੁੰਦਾ ਹੈ। ਜੇਕਰ ਬੀਬੀ ਲੈ ਕੋਈ ਬਹਿ ਜੀ ਬੋਲੇ ਗੁਰਦੁਆਰੇ ਨਹੀਂ ਗੱਲ ਕਰ ਸਕਦਾ, ਇਹ ਗੁਰੂ ਸਾਹਿਬ ਤੇ ਆਪਦਾ ਵਿਸ਼ਵਾਸ ਹੁੰਦਾ ਹੈ। ਜੇ ਗੁਰੂ ਸਾਹਿਬ ਤੇ ਆਪਾਂ ਵਿਸ਼ਵਾਸ ਕੀਤਾ ਤੇ ਗੁਰੂ ਸਾਹਿਬ ਨੇ ਕਿੰਨੀ ਪੱਤ ਰੱਖੀ, 20 ਦਿਨ ਪਹਿਲਾਂ ਜੱਜ ਸਾਹਿਬ ਫੈਸਲਾ ਦੇ ਕੇ ਕਹਿੰਦੇ ਨੇ ਕਿ ਸਰਕਾਰ ਗਲਤ ਸੀ, ਕਮੇਟੀ ਦੇ ਪ੍ਰਬੰਧਕ ਠੀਕ ਸੀ, ਇਹਨਾਂ ਦਾ ਪਿਓ ਜਾਇਜ਼ ਸੀਗਾ, ਇਹ ਨਕਸ਼ਾ ਬਣਾਉਣ ਤੇ ਆਪਣਾ ਪਿਓ ਨੂੰ ਬਣਾਉਣ। ਖਾਲਸਾ ਜੀ ਇਹ ਅੱਜ ਇਹ ਜਿੱਤ ਹੋਈ ਆ ਨਾ, ਇਹ ਕਮੇਟੀ ਜਿਹੜੀ ਹੋਈ ਇਹ ਜਿੱਤ ਹੋਈ ਆ ਦਿੱਲੀ ਦੇ ਸਿੱਖਾਂ ਦੀ, ਇਹ ਜਿੱਤ ਹੋਈ ਆ ਗੁਰੂ ਸਾਹਿਬ ਦੇ ਚਰਨਾਂ 'ਚ ਜਿਹੜੇ ਅਸੀਂ ਕਾਰਜ ਕੀਤੇ ਸੀ, ਗੁਰੂ ਸਾਹਿਬ ਨੇ ਸਾਡੀ ਪੱਤ ਰੱਖੀ ਆ। ਅਸੀਂ ਪਠਾਨਕੋਟ ਸ਼ੁਕਰਾਨਾ ਕਰਦੇ ਹਾਂ ਇਸ ਮਾਲਕ ਦੇ ਪੁੱਤਰ ਗੁਰੂ ਚਰਨਾਂ ਕਮਲਾਂ ਦਾ, ਗੁਰੂ ਸਾਹਿਬ ਨੇ ਜੋ ਦਰਸ ਕਰਕੇ ਸਾਡੀ ਲਾਜ ਰੱਖੀ, ਪੱਤ ਰੱਖੀ, ਪਰ ਇੱਕ ਲਾਲ ਸਿਰੇ ਚੜਾਇਆ। ਇੱਕ ਮੈਂ ਜਨਤਾ ਦਾ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।